ਚੰਡੀਗੜ੍ਹ ਏਅਰਪੋਰਟ ਤੇ ਬੀਬੀ ਕੰਗਣਾ ਰਣੌਤ ਦੇ ਉੱਪਰ ਸਾਡੀ ਇੱਕ ਪੰਜਾਬੀ ਬੀਬੀ ਨੇ ਨਾ ਸਿੱਖ ਬੀਬੀ ਨੇ ਥੱਪੜ ਜੜ ਦਿੱਤਾ, ਕਿਉਂਕਿ ਇਹ ਬੀਬੀ ਕੰਗਣਾ ਰਣੌਤ ਜਿਹੜੀ ਆ ਇਹਨਾਂ ਨੇ ਬੜੀ ਮੰਦੀ ਸ਼ਬਦਾਵਲੀ ਸਿੱਖਾਂ ਲਈ ਕਿਸਾਨਾਂ ਲਈ ਇਹਨਾਂ ਨੇ ਹਮੇਸ਼ਾ ਵਰਤੀ ਆ ਜੋ ਇਹਨਾਂ ਨੂੰ ਸ਼ੋਭਾ ਨਹੀਂ ਸੀ ਦਿੰਦੀ। ਜਿਹੜੇ ਸਾਡੇ ਕਿਸਾਨ ਜਾਂ ਸਿੱਖਾਂ ਸੀ ਅਤੇ ਅਸੀਂ ਇਹ ਜਿਹੀਆਂ ਗੱਲਾਂ ਬਰਦਾਸ਼ਤ ਨਹੀਂ ਕਰਦੇ, ਅਸੀਂ ਇਹ ਚੀਜ਼ਾਂ ਦਾ ਜਿਹੜੇ ਸਾਡੇ ਨਾਲ ਲੋਕ ਗਲਤ ਸਲੂਕੀਆਂ ਗਲਤ ਗੱਲਾਂ ਕਰਦੇ ਉਹਦਾ ਅਸੀਂ ਬਦਲਾ ਲੈਂਦੇ ਹਾਂ। ਜਨਰਲ ਡਵੈਰ ਦਾ ਬਦਲਾ ਸਰਦਾਰ ਊਧਮ ਸਿੰਘ ਨੇ ਜਾ ਕੇ ਇੰਗਲੈਂਡ ਦੇ ਵਿੱਚ ਲਿਆ ਸੀ, ਇਸੇ ਤਰ੍ਹਾਂ ਇੰਦਰਾ ਗਾਂਧੀ ਦਾ ਬਦਲਾ ਸਾਡੇ ਸਤਵੰਤ ਬੇਅੰਤ ਸਿੰਘ ਹੋਣਾ ਨੇ ਜਾ ਕੇ ਭਾਵੇਂ ਸਿਕਿਉਰਿਟੀ 'ਚ ਸੀਗੇ ਉਹਨਾਂ ਨੇ ਬਦਲਾ ਦਿੱਲੀ ਦੇ ਵਿੱਚ ਲਿਆ ਸੀਗਾ। ਇਸ ਲਈ ਮੈਂ ਅੱਗੇ ਤੋਂ ਵੀ ਬੇਨਤੀ ਕਰੂੰ ਵੀ ਇਹੋ ਜਿਹੀ ਸ਼ਬਦਾਵਲੀ ਤੋਂ ਇਹ ਪਰਹੇਜ਼ ਕਰਨ। ਲੀਡਰ ਕੋਈ ਲੀਡਰ ਰੱਬ ਨਹੀਂ ਹੋ ਜਾਂਦਾ, ਕੋਈ ਐਮ ਪੀ ਰੱਬ ਨਹੀਂ ਹੋ ਜਾਂਦਾ, ਜੇ ਵੋਟਾਂ ਬਣ ਕੇ ਅੱਜ ਐਮ ਪੀ ਬਣ ਗਏ ਨੇ ਅਤੇ ਇਸ ਦੀਆਂ ਸ਼ਬਦਾਵਲੀਆਂ ਤੋਂ ਹੋਰ ਲੀਡਰਾਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ। ਜਿਵੇਂ ਅੱਗੇ ਭਾਜਪਾ ਨਾਲ ਇੱਥੇ ਪੰਜਾਬ ਦੇ ਵਿੱਚ ਹੋਈ ਆ, ਜਿਵੇਂ ਮਾੜੀ ਸ਼ਬਦਾਵਲੀ ਜਿਹੜੇ ਵੀ ਲੀਡਰ ਵਰਤਦੇ ਸੀ ਉਹਨਾਂ ਨਾਲ ਬੜੀ ਮਾੜੀ ਹੋਈ ਆ, ਅਤੇ ਇਸ ਤਰ੍ਹਾਂ ਜੇ ਇਹੋ ਜਿਹੀਆਂ ਸ਼ਬਦਾਵਲੀਆਂ ਇਹ ਵਰਤਣਗੇ ਜਾਂ ਸਾਡੇ ਲਈ ਇਹੋ ਜਿਹੀਆਂ ਗੱਲਾਂ ਕਰਨਗੇ ਤਾਂ ਜਿਹੜੇ ਸਾਡੇ ਲੋਕ ਆ ਭੁਲਾਉਣਗੇ ਨਹੀਂ, ਇਹੋ ਜਿਹਾ ਕੁਛ ਕਰਦੇ ਰਹਿਣਗੇ। ਮੈਂ ਇਹੀ ਬੇਨਤੀ ਕਰੂੰਗਾ ਵੀ ਇਹੋ ਜਿਹੀ ਸ਼ਬਦਾਵਲੀ ਸਾਡੇ ਸਿੱਖਾਂ ਲਈ ਸਾਡੇ ਕਿਸਾਨਾਂ ਲਈ, ਕਿਉਂਕਿ ਭਾਜਪਾ ਸਰਕਾਰ ਵੀ ਤਾਂ ਹੀ ਬਣਨੋਂ ਰਹਿ ਗਈ, ਮੋਦੀ ਮੋਦੀ ਹੁਣ ਤੋਂ ਰਹਿ ਗਿਆ, ਇਹਨਾਂ ਨੂੰ ਪੂਰੀਆਂ ਸੀਟਾਂ ਨਹੀਂ ਮਿਲੀਆਂ। ਜੇ ਇਹਨਾਂ ਨੇ ਕਿਸਾਨਾਂ ਨਾਲ ਪੰਗਾ ਲਿਆ ਤਾਂ ਇਹਨਾਂ ਦੀ ਸਰਕਾਰ ਬਣਨੋਂ ਰਹਿ ਗਈ, ਜੇ ਕਿਸਾਨਾਂ ਨਾਲ ਸਮਝੌਤਾ ਕਰਕੇ ਸਾਡੀਆਂ ਮੰਗਾਂ ਅੱਜ ਮੰਨ ਲਈਆਂ ਹੁੰਦੀਆਂ ਤਾਂ ਇਹਨਾਂ ਦੀ ਵੀ ਸਰਕਾਰ ਬਣ ਸਕਦੀ ਸੀ। ਇਹਦੇ ਕਾਰਨਾਂ ਕਰਕੇ ਇਹਨਾਂ ਦੀ ਮੰਦੀ ਸ਼ਬਦਾਵਲੀ ਕਰਕੇ ਹੀ ਭਾਜਪਾ ਅੱਜ ਮਿੰਨਤਾਂ ਕਰਦੀ ਫਿਰਦੀ ਹੈ, ਇਹਨਾਂ ਦੀ ਸਰਕਾਰ ਨਹੀਂ ਬਣੀ।